हेलो दोस्तों, स्वागत है तुहाडा साडे यूट्यूब चैनल ते। दोस्तों, अज असीं तुहाडे लई पंजाब जीके दा टॉपिक दो लैके आए हैं जी, जो कि भूगोल दे उत्ते है जी। सो उम्मीद है तुहानू पसंद आवेगा जी। आओ शुरू करते हाँ जी। साडा फस्ट क्वेश्चन है जी, सिखां दा मक्का अमृतसर किहड़े दुआब विच स्थित है? असीं दसणे जो अमृतसर है जी, जिस नूं सिखां दा मक्का कहा जांदा है जी, ਉਹ ਕਿਹੜੇ ਦੁਆਬ ਦੇ ਵਿੱਚ ਸਥਿਤ ਹੈ ਜੀ? ਤਾਂ ਇਸਦਾ ਆਨਸਰ ਹੈ ਜੀ, ਬਾਰੀ ਦੁਆਬ। ਠੀਕ ਹੈ ਜੀ, ਜੋ ਸਿੱਖਾਂ ਦਾ ਮੱਕਾ ਅੰਮ੍ਰਿਤਸਰ ਹੈ ਜੀ, ਉਹ ਬਾਰੀ ਦੁਆਬ ਦੇ ਵਿੱਚ ਸਥਿਤ ਹੈ। ਨੈਕਸਟ ਕੁਐਸਚਨ ਹੈ ਜੀ ਸਾਡਾ, ਪੰਜਾਬ ਦੇ ਕਿਹੜੇ ਜ਼ਿਲ੍ਹੇ ਨੂੰ ਸਭ ਤੋਂ ਵੱਧ ਜ਼ਿਲ੍ਹਿਆਂ ਦੀ ਹੱਦ ਲੱਗਦੀ ਹੈ? ਅਸੀਂ ਦੱਸਣਾ ਜੀ ਕਿਹੜਾ ਜ਼ਿਲ੍ਹਾ ਹੈ ਜਿਸ ਨੂੰ ਸਭ ਤੋਂ ਵੱਧ ਜ਼ਿਲ੍ਹਿਆਂ ਦੀ ਹੱਦ ਲੱਗਦੀ ਹੈ। ਤਾਂ ਇਸਦਾ ਆਨਸਰ ਹੈ ਜੀ, ਕਪੂਰਥਲਾ। ਕਪੂਰਥਲੇ ਨੂੰ ਸਭ ਤੋਂ ਵੱਧ ਜ਼ਿਲ੍ਹਿਆਂ ਦੀ ਹੱਦ ਲੱਗਦੀ ਹੈ। ਠੀਕ ਹੈ ਜੀ। ਨੈਕਸਟ ਕੁਐਸਚਨ ਹੈ ਜੀ ਸਾਡਾ, ਪੰਜਾਬ ਦੀ ਵੰਡ ਕਾਰਨ ਕਿਹੜਾ ਦੁਆਬ ਵੀ ਵੰਡਿਆ ਗਿਆ ਸੀ? ਅਸੀਂ ਦੱਸਣਾ ਜੀ, ਜਦੋਂ ਪੰਜਾਬ ਦੀ ਵੰਡ ਹੋਈ ਸੀ ਉਸ ਸਮੇਂ ਕਿਹੜਾ ਦੁਆਬ ਵੰਡਿਆ ਗਿਆ ਸੀ? ਇਸਦਾ ਆਨਸਰ ਹੈ ਜੀ, ਬਾਰੀ ਦੁਆਬ। ਠੀਕ ਹੈ ਜੀ, ਪੰਜਾਬ ਦੀ ਵੰਡ ਸਮੇਂ ਬਾਰੀ ਦੁਆਬ ਵੰਡਿਆ ਗਿਆ ਸੀ। ਨੈਕਸਟ ਹੈ ਜੀ, ਮਾਲਵੇ ਵਿੱਚ ਰਹਿਣ ਵਾਲੇ ਵਸਨੀਕ ਨੂੰ ਕੀ ਕਿਹਾ ਜਾਂਦਾ ਹੈ? ਜੋ ਮਾਲਵੇ ਦੇ ਵਿੱਚ ਰਹਿੰਦੇ ਨੇ ਜੀ, ਉਹਨਾਂ ਨੂੰ ਕੀ ਕਿਹਾ ਜਾਂਦਾ ਜੀ? ਇਸਦਾ ਆਨਸਰ ਹੈ ਜੀ, ਮਲਵਈ। ਠੀਕ ਹੈ ਜੀ, ਮਾਲਵੇ ਵਿੱਚ ਰਹਿਣ ਵਾਲਿਆਂ ਨੂੰ ਮਲਵਈ ਕਿਹਾ ਜਾਂਦਾ ਜੀ। ਨੈਕਸਟ ਹੈ ਜੀ, ਖੈਬਰ ਦਰਾ ਕਿਹੜੇ ਦੋ ਦੇਸ਼ਾਂ ਵਿਚਕਾਰ ਸਥਿਤ ਹੈ? ਜੋ ਖੈਬਰ ਦਰਾ ਹੈ ਜੀ, ਉਹ ਕਿਹੜੇ ਦੇਸ਼ਾਂ ਦੇ ਵਿਚਕਾਰ ਹੈ ਜੀ? ਤਾਂ ਇਹਦਾ ਆਨਸਰ ਹੈ ਜੀ, ਪਾਕਿਸਤਾਨ ਅਤੇ ਅਫਗਾਨਿਸਤਾਨ। ਠੀਕ ਹੈ ਜੀ, ਪਾਕਿਸਤਾਨ ਅਤੇ ਅਫਗਾਨਿਸਤਾਨ ਦੇ ਵਿਚਕਾਰ ਸਥਿਤ ਹੈ ਜੀ ਖੈਬਰ ਦਰਾ। ਨੈਕਸਟ ਹੈ ਜੀ, ਖੈਬਰ ਦਰਾ ਕਿਹੜੇ ਪਹਾੜ ਤੇ ਸਥਿਤ ਹੈ? ਅਸੀਂ ਦੱਸਣਾ ਜੀ, ਜੋ ਖੈਬਰ ਦਰਾ ਇਹ ਕਿਹੜੇ ਪਹਾੜ ਤੇ ਹੈ ਜੀ? ਤਾਂ ਇਹਦਾ ਆਨਸਰ ਹੈ ਜੀ, ਸਫੈਦ ਕੋਹ। ਠੀਕ ਹੈ ਜੀ, ਸਫੈਦ ਕੋਹ ਦੇ ਪਹਾੜ ਤੇ ਇਹ ਸਥਿਤ ਹੈ। ਨੈਕਸਟ ਕੁਐਸਚਨ ਹੈ ਜੀ ਸਾਡਾ, ਪੰਜਾਬ ਵਿੱਚ ਕਿੰਨੇ ਵਰਗ ਕਿਲੋਮੀਟਰ ਖੇਤਰ ਬਣਾ ਹੇਠ ਹੈ? ਜੋ ਪੰਜਾਬ ਵਿੱਚ ਬਣ ਖੇਤਰ ਹੈ ਜੀ, ਉਹ ਦੱਸਣਾ ਸੀ। ਇਸਦਾ ਆਨਸਰ ਹੈ ਜੀ, 3084 ਵਰਗ ਕਿਲੋਮੀਟਰ। ਠੀਕ ਹੈ ਜੀ, 3084 ਵਰਗ ਕਿਲੋਮੀਟਰ ਖੇਤਰ ਬਣਾ ਦੇ ਹੇਠ ਹੈ। ਨੈਕਸਟ ਹੈ ਜੀ, ਪੰਜਾਬ ਦੇ ਉੱਤਰ ਪੱਛਮ ਵਿੱਚ ਸਥਿਤ ਦਰਿਆਂ ਵਿੱਚ ਸਭ ਤੋਂ ਜ਼ਿਆਦਾ ਵਿਦੇਸ਼ੀ ਕਿਸ ਦਰੇ ਰਾਹੀਂ ਆਏ? ਜੋ ਪੰਜਾਬ ਦੇ ਉੱਤਰ ਪੱਛਮ ਦੇ ਵਿੱਚ ਦਰੇ ਨੇ ਜੀ, ਉਹਨਾਂ ਦੇ ਵਿੱਚ ਦੱਸਣਾ ਜੀ, ਜੋ ਵਿਦੇਸ਼ੀ ਨੇ ਸਭ ਤੋਂ ਵੱਧ ਕਿਸ ਰਾਹੀਂ ਆਏ ਸੀ ਜੀ? ਤਾਂ ਇਸਦਾ ਆਨਸਰ ਹੈ ਜੀ, ਖੈਬਰ ਦਰਾ। ਠੀਕ ਹੈ ਜੀ, ਜੋ ਖੈਬਰ ਦਰਾ ਹੈ ਜੀ, ਸਾਰੇ ਹੀ ਵਿਦੇਸ਼ੀ ਉਸ ਰਾਹੀਂ ਆਏ ਸਨ ਪੰਜਾਬ ਦੇ ਵਿੱਚ। ਠੀਕ ਹੈ ਜੀ, ਨੈਕਸਟ ਹੈ ਜੀ, ਦਰਾ ਕੀ ਹੁੰਦਾ ਹੈ? ਤਾਂ ਇਸਦਾ ਆਨਸਰ ਹੈ ਜੀ, ਪਹਾੜ ਤੋਂ ਲੰਘਣ ਲਈ ਰਸਤਾ। ਠੀਕ ਹੈ ਜੀ, ਜੋ ਪਹਾੜ ਉੱਤੋਂ ਦੀ ਲੰਘਣ ਲਈ ਰਸਤਾ ਹੁੰਦਾ ਜੀ, ਉਸਨੂੰ ਅਸੀਂ ਦਰਾ ਕਹਿ ਦਿੰਦੇ ਹਾਂ। ਨੈਕਸਟ ਕੁਐਸਚਨ ਹੈ ਜੀ, ਬਾਰੀ ਦੁਆਬ ਵਿੱਚ ਰਹਿਣ ਵਾਲੇ ਵਸਨੀਕ ਨੂੰ ਕੀ ਕਿਹਾ ਜਾਂਦਾ ਹੈ? ਜੋ ਬਾਰੀ ਦੁਆਬ ਦੇ ਵਿੱਚ ਰਹਿੰਦੇ ਨੇ ਉਹਨਾਂ ਨੂੰ ਕੀ ਕਹਿੰਦੇ ਨੇ ਜੀ? ਇਸਦਾ ਆਨਸਰ ਹੈ ਜੀ, ਮਜੈਲ। ਠੀਕ ਹੈ ਜੀ, ਉਹਨਾਂ ਨੂੰ ਮਜੈਲ ਕਿਹਾ ਜਾਂਦਾ ਜੀ, ਜੋ ਬਾਰੀ ਦੁਆਬ ਵਿੱਚ ਰਹਿੰਦੇ ਹਨ। ਨੈਕਸਟ ਕੁਐਸਚਨ ਹੈ ਜੀ, ਪੰਜਾਬ ਦੇ ਕਿਹੜੇ ਖੇਤਰ ਨੂੰ ਸਾਗਰ ਪ੍ਰਦੇਸ਼ ਕਿਹਾ ਜਾਂਦਾ ਹੈ? ਅਸੀਂ ਦੱਸਣਾ ਜੀ, ਕਿਹੜਾ ਖੇਤਰ ਹੈ ਜੀ ਜਿਸ ਨੂੰ ਸਾਗਰ ਪ੍ਰਦੇਸ਼ ਕਿਹਾ ਜਾਂਦਾ ਹੈ? ਤਾਂ ਇਸਦਾ ਆਨਸਰ ਹੈ ਜੀ, ਜਮੁਨਾ ਅਤੇ ਘੱਗਰ ਵਿਚਕਾਰਲੇ ਖੇਤਰ ਨੂੰ। ਠੀਕ ਹੈ ਜੀ, ਜੋ ਜਮੁਨਾ ਅਤੇ ਘੱਗਰ ਦੇ ਵਿਚਕਾਰਲਾ ਖੇਤਰ ਹੈ, ਉਸ ਨੂੰ ਸਾਗਰ ਪ੍ਰਦੇਸ਼ ਕਿਹਾ ਜਾਂਦਾ ਹੈ। ਠੀਕ ਹੈ ਜੀ, ਨੈਕਸਟ ਹੈ ਜੀ, ਪੰਜਾਬ ਨੂੰ ਭਾਰਤ ਦਾ ਪ੍ਰਵੇਸ਼ ਦੁਆਰ ਕਿਉਂ ਕਿਹਾ ਜਾਂਦਾ ਹੈ? ਜੋ ਪੰਜਾਬ ਹੈ ਜੀ, ਉਸਨੂੰ ਭਾਰਤ ਦਾ ਪ੍ਰਵੇਸ਼ ਦੁਆਰ ਕਿਉਂ ਕਿਹਾ ਜਾਂਦਾ ਜੀ? ਇਸਦਾ ਆਨਸਰ ਹੈ ਜੀ, ਭੂਗੋਲਿਕ ਸਥਿਤੀ ਕਾਰਨ। ਠੀਕ ਹੈ ਜੀ, ਜੋ ਪੰਜਾਬ ਦੀ ਭੂਗੋਲਿਕ ਸਥਿਤੀ ਹੈ ਜੀ, ਉਸਦੇ ਕਾਰਨ ਹੀ ਭਾਰਤ ਦਾ ਪ੍ਰਵੇਸ਼ ਦੁਆਰ ਇਸਨੂੰ ਕਿਹਾ ਜਾਂਦਾ ਹੈ। ਠੀਕ ਹੈ ਜੀ,
नेक्स्ट है जी, प्राचीन पंजाब का भूगोलिक भाग खेत्रफल विच सब तो वड्डा केड़ा सी? जो प्राचीन पंजाब सी जी, उसका भूगोलिक भाग खेत्रफल विच सब तो वड्डा केड़ा सी जी? इसका आंसर है जी मैदानी भाग। ठीक है जी, जो प्राचीन पंजाब सी जी उसका मैदानी भाग का खेत्रफल सब तो ज्यादा सी। ठीक है जी, नेक्स्ट क्वेश्चन है जी, सतलुज ते घग्गर दरियावां दे विचकारले खेत्र नूं की कहा जांदा है? जो सतलुज अते घग्गर दरिया दे विचकारले खेत्र ने जी, उन्हां नूं की कहिंदे ने जी? तां इसदा आंसर है जी मालवा प्रदेश। जो इन्हां दे विचकार दे खेत्र ने जी, उन्हां नूं मालवा प्रदेश कहा जांदा है। ठीक है जी, नेक्स्ट क्वेश्चन है जी, रावी ते चनाब दरिया दे विचकारले प्रदेश नूं की कहिंदे हन? रावी दरिया ते चनाब दे विचकारला जो खेत्र है जी, उसनूं की कहा जांदा जी? इसदा आंसर है जी रचना दुआब। ठीक है जी, उसनूं रचना दुआब कहा जांदा है जो रावी ते चनाब दरिया दे विचकार खेत्र है। ठीक है जी, नेक्स्ट क्वेश्चन है जी, ब्यास ते सतलुज दरिया दे विचकारले खेत्र नूं की कहिंदे हन? जो ब्यास दरिया ते सतलुज है जी, उस दे विचकार जो खेत्र है उसनूं की कहा जांदा जी? इसदा आंसर है जी बिस्त दुआब। ठीक है जी, ब्यास ते सतलुज दे विचकारले खेत्र नूं बिस्त दुआब कहा जांदा है। नेक्स्ट क्वेश्चन है जी साडा, पंजाब दे पंज दुआबियां दे नां किस धारणा ते आधारित हन? जो पंजाब दे पंज दुआबे ने जी, उन्हां दे नां केड़ी धारणा ते आधारित हन जी? इसदा आंसर है जी दरियावां दे नां ते। ठीक है जी, जो पंजाब दे दुआबे ने जी, उन्हां दे नां दरियावां दे नां ते रखे गए ने। ठीक है जी, नेक्स्ट क्वेश्चन है जी, पंजाब शब्द दा शाब्दिक अर्थ की है? तो इसका आंसर की है जी पंज दरियावां दी धरती। ठीक है जी, पंजाब शब्द का शाब्दिक अर्थ पंज दरियावां दी धरती है। नेक्स्ट क्वेश्चन है जी, पंजाब शब्द केड़ी भाषा तो लिया गया है? जो पंजाब शब्द है जी, असीं दसने ही केड़ी भाषा तो लिया गया जी? इसका आंसर है जी फारसी। पंजाब शब्द फारसी भाषा तो लिया गया शब्द है। ठीक है जी, नेक्स्ट क्वेश्चन है जी, पैटा पोटामिया तो की भाव है? असीं दसने जी पैटा पोटामिया का की अर्थ है जी? तो इसका अर्थ है जी पंज दरियावां दी धरती। ठीक है जी, पंज दरियावां दी धरती नूं पैटा पोटामिया कहा जांदा जी। अते यह शब्द जी पैटा पोटामिया जनानिया ने दिता सी जी, जनानिया समय पंजाब नूं पैटा पोटामिया कहा जांदा सी। ठीक है जी, नेक्स्ट क्वेश्चन है जी, प्राचीन पंजाब विच कुल किन्ने दरिया बगदे सन? जो प्राचीन पंजाब सी साडा जी, उस विच किन्ने दरिया सी जी? इसदा आंसर है जी सत। ठीक है जी, उस समय सत दरिया सी जी, पंज तां इही हो गए जो साडे अज मौजूद हन जी, ते दो केड़े सी जी? सिंध ते सरस्वती। ठीक है जी, पर अज पंजाब दे विच कुल दो जां ढाई इक दरिया ही रह गए ने जी। ठीक है जी, तां पंजाब विच किन्ने दरिया सी टोटली? सत। ठीक है जी, नेक्स्ट क्वेश्चन है जी साडा, पंजाब नूं पंज दुआबियां विच किसने वंडिया? जो पंजाब सी जी, उसनूं पंज दुआबियां विच किसने वंडिया सी जी? इसदा आंसर है जी अकबर। ठीक है जी, अकबर ने पंजाब नूं पंज दुआबियां दे विच वंडिया सी। ठीक है जी, नेक्स्ट क्वेश्चन है जी, दुआब तों की भाव है? दुआब शब्द दा असीं अर्थ दसणा जी, इसदा आंसर है जी दो दरियावां दे विचकारला खेत्र। ठीक है जी, जो दो दरियावां दे विचकार दा खेत्र हुंदा है उसनूं असीं दुआब कह दिंदे आ। ठीक है जी, नेक्स्ट है जी साडे कोल सही मिलान करो।
ਅਸੀਂ ਇਹਨਾਂ ਨੂੰ ਆਪਸ ਦੇ ਵਿੱਚ ਸਹੀ ਮਿਲਾਉਣਾ ਜੀ, ਜਿਸ ਨਾਲ ਜਿਸ ਦਾ ਸੰਬੰਧ ਬਣਦਾ ਜੀ। ਪਹਿਲਾ ਹੈ ਜੀ ਰਿਗਵੈਦਿਕ ਕਾਲ। ਰਿਗਵੈਦਿਕ ਕਾਲ ਸਮੇਂ ਪੰਜਾਬ ਨੂੰ ਕੀ ਕਿਹਾ ਜਾਂਦਾ ਸੀ ਜੀ? ਇਸਦਾ ਆਨਸਰ ਆਜੂਗਾ ਜੀ ਸਪਤ ਸਿੰਧੂ। ਠੀਕ ਹੈ ਜੀ, ਰਿਗਵੈਦਿਕ ਕਾਲ ਸਮੇਂ ਪੰਜਾਬ ਨੂੰ ਸਪਤ ਸਿੰਧੂ ਕਹਿੰਦੇ ਸਨ ਜੀ। ਦੂਸਰਾ ਜੀ ਯੂਨਾਨੀਆਂ ਸਮੇਂ, ਇਸਦਾ ਆਨਸਰ ਕੀ ਆਜੂਗਾ ਜੀ? ਪੈਂਟਾ ਪੋਟਾਮੀਆ। ਯੂਨਾਨੀਆਂ ਸਮੇਂ ਪੰਜਾਬ ਨੂੰ ਪੈਂਟਾ ਪੋਟਾਮੀਆ ਕਿਹਾ ਜਾਂਦਾ ਸੀ ਜੀ। ਤੀਸਰਾ ਜੀ ਬ੍ਰਿਟਿਸ਼ ਰਾਜ। ਬ੍ਰਿਟਿਸ਼ ਰਾਜ ਸਮੇਂ ਪੰਜਾਬ ਨੂੰ ਕੀ ਕਿਹਾ ਜਾਂਦਾ ਸੀ ਜੀ? ਜਿਸਦਾ ਆਨਸਰ ਆਜੂਗਾ ਜੀ ਪੰਜਾਬ ਪ੍ਰਾਂਤ। ਠੀਕ ਹੈ ਜੀ, ਬ੍ਰਿਟਿਸ਼ ਰਾਜ ਸਮੇਂ ਇਸਨੂੰ ਪੰਜਾਬ ਪ੍ਰਾਂਤ ਕਿਹਾ ਜਾਂਦਾ ਸੀ ਜੀ। ਚੌਥੇ ਜੀ ਮੱਧਕਾਲ। ਮੱਧਕਾਲ ਸਮੇਂ ਇਸਨੂੰ ਲਾਹੌਰ ਸੂਬਾ ਕਿਹਾ ਜਾਂਦਾ ਸੀ। ਠੀਕ ਹੈ ਜੀ, ਉਦੋਂ ਕਿਸ ਦਾ ਰਾਜ ਸੀ ਜੀ? ਮਹਾਰਾਜਾ ਰਣਜੀਤ ਸਿੰਘ ਦਾ ਉਸ ਸਮੇਂ ਰਾਜ ਸੀ ਜੀ, ਜਦੋਂ ਲਾਹੌਰ ਇਹ ਸੂਬਾ ਪੰਜਾਬ ਨੂੰ ਕਿਹਾ ਜਾਂਦਾ ਸੀ। ਠੀਕ ਹੈ ਜੀ, ਨੈਕਸਟ ਕੁਐਸਚਨ ਹੈ ਜੀ ਸਾਡਾ, ਪਾਕਿਸਤਾਨ ਨਾਲ ਪੰਜਾਬ ਦੇ ਕਿੰਨੇ ਜ਼ਿਲ੍ਹੇ ਦੀ ਹੱਦ ਲੱਗਦੀ ਹੈ? ਅਸੀਂ ਦੱਸਣਾ ਜੀ ਪਾਕਿਸਤਾਨ ਨਾਲ ਪੰਜਾਬ ਦੇ ਕਿੰਨੇ ਜ਼ਿਲ੍ਹਿਆਂ ਦੀ ਹੱਦ ਲੱਗਦੀ ਹੈ ਜੀ। ਇਸਦਾ ਆਨਸਰ ਹੈ ਜੀ 6। ਠੀਕ ਹੈ ਜੀ, ਪਾਕਿਸਤਾਨ ਦੇ ਨਾਲ 6 ਜ਼ਿਲ੍ਹਿਆਂ ਦੀ ਹੱਦ ਲੱਗਦੀ ਹੈ ਜੀ। ਇਹ ਕਿਹੜੇ ਕਿਹੜੇ ਨੇ ਜੀ, ਤੁਸੀਂ ਇਹ ਮੈਨੂੰ ਕਮੈਂਟ ਦੇ ਵਿੱਚ ਦੱਸਣਾ ਜੀ। ਠੀਕ ਹੈ ਜੀ, ਕਮੈਂਟ ਕਰਨੇ ਤੁਸੀਂ ਕਿਹੜੇ ਕਿਹੜੇ ਜ਼ਿਲ੍ਹੇ ਨੇ ਜਿਨ੍ਹਾਂ ਦੀ ਪਾਕਿਸਤਾਨ ਨਾਲ ਹੱਦ ਲੱਗਦੀ ਹੈ ਜੀ। ਨੈਕਸਟ ਕੁਐਸਚਨ ਹੈ ਜੀ, ਪੰਜਾਬ ਭਾਰਤ ਦੇ ਕਿਹੜੇ ਪਾਸੇ ਸਥਿਤ ਹੈ? ਜੋ ਪੰਜਾਬ ਹੈ ਜੀ ਉਹ ਭਾਰਤ ਦੇ ਕਿਹੜੇ ਪਾਸੇ ਸਥਿਤ ਹੈ ਜੀ? ਇਸਦਾ ਆਨਸਰ ਹੈ ਜੀ ਉੱਤਰ ਪੱਛਮ। ਠੀਕ ਹੈ ਜੀ, ਪੰਜਾਬ ਭਾਰਤ ਦੇ ਉੱਤਰ ਪੱਛਮ ਵਿੱਚ ਸਥਿਤ ਹੈ। ਨੈਕਸਟ ਕੁਐਸਚਨ ਹੈ ਜੀ, ਮਾਝਾ ਖੇਤਰ ਵਿੱਚ ਕੁੱਲ ਕਿੰਨੇ ਜ਼ਿਲ੍ਹੇ ਆਉਂਦੇ ਹਨ? ਮਾਝਾ ਖੇਤਰ ਹੈ ਜੋ, ਉਸ ਵਿੱਚ ਕਿੰਨੇ ਜ਼ਿਲ੍ਹੇ ਆਉਂਦੇ ਨੇ ਜੀ? ਇਸਦਾ ਆਨਸਰ ਹੈ ਜੀ 4। ਇਹ ਕਿਹੜੇ ਕਿਹੜੇ ਨੇ ਜੀ? ਅੰਮ੍ਰਿਤਸਰ, ਤਰਨ ਤਾਰਨ, ਪਠਾਨਕੋਟ ਅਤੇ ਗੁਰਦਾਸਪੁਰ। ਠੀਕ ਹੈ ਜੀ, ਇਹ 4 ਜ਼ਿਲ੍ਹੇ ਨੇ ਜੋ ਮਾਝਾ ਖੇਤਰ ਦੇ ਵਿੱਚ ਆਉਂਦੇ ਨੇ ਜੀ। ਨੈਕਸਟ ਕੁਐਸਚਨ ਹੈ ਜੀ, ਮਾਲਵਾ ਖੇਤਰ ਵਿੱਚ ਕੁੱਲ ਕਿੰਨੇ ਜ਼ਿਲ੍ਹੇ ਆਉਂਦੇ ਨੇ ਜੀ? ਇਸਦਾ ਆਨਸਰ ਕੀ ਆਜੂਗਾ ਜੀ? 15। ਠੀਕ ਹੈ ਜੀ, ਮਾਲਵਾ ਦੇ ਵਿੱਚ ਕੁੱਲ 15 ਜ਼ਿਲ੍ਹੇ ਆਉਂਦੇ ਨੇ ਜੀ। ਇਹ ਕਿਹੜੇ ਕਿਹੜੇ ਨੇ ਜੀ? ਫਰੀਦਕੋਟ, ਫਿਰੋਜ਼ਪੁਰ, ਫਾਜ਼ਿਲਕਾ, ਫਤਿਹਗੜ੍ਹ, ਮੋਗਾ, ਮੋਹਾਲੀ, ਮੁਕਤਸਰ, ਮਾਨਸਾ, ਬਠਿੰਡਾ, ਬਰਨਾਲਾ, ਸੰਗਰੂਰ, ਲੁਧਿਆਣਾ, ਪਟਿਆਲਾ, ਰੋਪੜ ਅਤੇ ਮਲੇਰਕੋਟਲਾ। ਠੀਕ ਹੈ ਜੀ, ਜੋ ਮਲੇਰਕੋਟਲਾ ਜੀ ਇਹ ਨਵਾਂ ਜ਼ਿਲ੍ਹਾ ਜੋ ਬਣੇ ਹੁਣ ਪੰਜਾਬ ਦੇ ਵਿੱਚ, ਇਹ 15 ਜ਼ਿਲ੍ਹੇ ਨੇ ਜੀ ਮਾਲਵਾ ਖੇਤਰ ਦੇ ਵਿੱਚ, ਅਤੇ ਦੁਆਬਾ ਖੇਤਰ ਦੇ ਵਿੱਚ 4 ਨੇ ਜੀ। ਇਹ ਨੇ ਜੀ ਜਲੰਧਰ, ਕਪੂਰਥਲਾ, ਨਵਾਂਸ਼ਹਿਰ ਅਤੇ ਹੁਸ਼ਿਆਰਪੁਰ। ਠੀਕ ਹੈ ਜੀ, ਇਹ ਸਾਰੇ ਜ਼ਿਲ੍ਹੇ ਨੇ ਜੀ ਜੋ ਕਿ ਖੇਤਰਾਂ ਦੇ ਵਿੱਚ ਵੰਡੇ ਹੋਏ ਨੇ ਜੀ। ਤਾਂ ਇਹ ਸੀ ਦੋਸਤੋ ਸਾਡੇ ਅੱਜ ਦੇ ਇੰਪੋਰਟੈਂਟ ਕੁਐਸਚਨ ਜੋ ਕਿ ਪੰਜਾਬ ਦੀ ਭੂਗੋਲ ਨਾਲ ਸੰਬੰਧਿਤ ਸੀ ਜੀ। ਸੋ ਜੇਕਰ ਤੁਹਾਨੂੰ ਸਾਡੀ ਕੋਸ਼ਿਸ਼ ਚੰਗੀ ਲੱਗਦੀ ਹੈ ਤਾਂ ਇਸ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ ਜੀ। ਸੋ ਥੈਂਕ ਯੂ, ਧੰਨਵਾਦ ਜੀ।